ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਸਾਡਾ ਕੁਸ਼ਚਨ ਹੈਗਾ, ਲੈਂਥ ਆਫ ਦੀ ਰੈਕਟੈਂਗਲ ਐਕਸੀਡ ਇਟਸ ਬ੍ਰੈਡਥ ਬਾਈ 5 ਮੀਟਰ ਇਫ ਪੈਰੀਮੀਟਰ ਆਫ ਰੈਕਟੈਂਗਲ ਇਸ 38 ਮੀਟਰ, ਫਾਈਂਡ ਦੀ ਲੈਂਥ ਐਂਡ ਦੀ ਬ੍ਰੈਡਥ ਆਫ ਦੀ ਰੈਕਟੈਂਗਲ। ਠੀਕ ਹੈ ਜੀ, ਸਾਨੂੰ ਬੋਲੋ ਸਾਡੇ ਕੋਲ ਇੱਕ ਰੈਕਟੈਂਗਲ ਹੈ ਜਿਹਦੀ ਲੈਂਥ ਕੀ ਐਕਸੀਡ ਕਰਦੀ ਹੈ ਬ੍ਰੈਡਥ ਨੂੰ 5 ਮੀਟਰ। ਠੀਕ ਹੈ ਜੀ, ਤੇ ਪੈਰੀਮੀਟਰ ਆਫ ਰੈਕਟੈਂਗਲ ਕਿੰਨਾ ਤਾਂ 30 ਹੈ। ਠੀਕ ਹੈ ਜੀ, ਅਸੀਂ ਉਹਦੀ ਲੈਂਥ ਐਂਡ ਬ੍ਰੈਡਥ ਫਾਈਂਡ ਕਰਨੀ ਹੈ। ਠੀਕ ਹੈ, ਸਭ ਤੋਂ ਪਹਿਲਾਂ ਅਸੀਂ ਇੱਕ ਰੈਕਟੈਂਗਲ ਡਰਾ ਕਰ ਲੈਂਦੇ ਹਾਂ। ਸਾਡੇ ਕੋਲ ਇੱਕ ਰੈਕਟੈਂਗਲ ਆ ਗਈ। ਠੀਕ ਹੈ, ਸਾਨੂੰ ਕੀ ਬੋਲਿਆ ਕਿ ਲੈਂਥ ਜਿਹੜੀ ਹੈਗੀ ਹੈ ਸਾਡੀ ਬ੍ਰੈਡਥ ਨੂੰ 5 ਮੀਟਰ ਨੇ ਐਕਸੀਡ ਕਰਦੀ ਹੈ, ਮਤਲਬ ਬ੍ਰੈਡਥ ਤੇ 5 ਮੀਟਰ ਜ਼ਿਆਦਾ ਹੈ। ਅਸੀਂ ਕੀ ਕਰ ਲੈਂਦੇ ਹਾਂ, ਬ੍ਰੈਡਥ ਨੂੰ ਅਸੀਂ x ਮੀਟਰ ਮੰਨ ਲੈਂਦੇ ਹਾਂ। ਠੀਕ ਹੈ ਜੀ, ਤੇ ਲੈਂਥ ਕੀ ਹੋ ਜਾਏਗੀ ਸਾਡੀ 5 ਪਲੱਸ x ਮੀਟਰ, 5 ਐਕਸੀਡ ਕਰ ਗਏ। ਠੀਕ ਹੈ, ਤੇ ਪਹਿਲਾਂ ਅਸੀਂ ਕੀ ਲਿਖ ਲੈਂਦੇ ਹਾਂ, ਲੈਟ ਬ੍ਰੈਡਥ ਆਫ ਰੈਕਟੈਂਗਲ ਕਿੰਨੀ ਸਾਡੇ ਕੋਲ x। ਠੀਕ ਹੈ ਜੀ, ਦੇਅਰਫੋਰ ਲੈਂਥ ਆਫ ਰੈਕਟੈਂਗਲ ਇਜ਼ ਇਕੁਅਲ ਟੂ ਕਿੰਨੀ ਹੈ, 5 ਪਲੱਸ x ਮੀਟਰ। ਠੀਕ ਹੈ ਜੀ, ਐਕਸੀਡ ਕਰ ਗਈ 5 ਨਾਲ। ਠੀਕ ਹੈ, ਹੁਣ ਸਾਨੂੰ ਗਿਵਨ ਕੀ ਹੈ, ਪੈਰੀਮੀਟਰ, ਉਹ ਵੀ ਲਿਖ ਲੈਂਦੇ ਹਾਂ ਅਸੀਂ, ਪੈਰੀਮੀਟਰ ਆਫ ਰੈਕਟੈਂਗਲ ਇਜ਼ ਇਕੁਅਲ ਟੂ 38 ਮੀਟਰ। ਠੀਕ ਹੈ ਜੀ, ਸਾਡੇ ਕੋਲ ਸਾਨੂੰ ਕੀ ਪਤਾ ਪੈਰੀਮੀਟਰ ਸਾਡਾ ਹੁੰਦਾ ਕੀ ਹੈ, 2 ਇੰਟੂ ਲੈਂਥ ਪਲੱਸ ਬ੍ਰੈਡਥ। ਠੀਕ ਹੈ ਜੀ, ਉਹ ਕੀ ਦੇਖੋ ਸਾਡੇ ਕੋਲ 38। ਠੀਕ ਹੈ, ਹੁਣ ਅਸੀਂ ਵੈਲਿਊਸ ਪੁੱਟ ਕਰ ਲੈਂਦੇ ਹਾਂ। ਠੀਕ ਹੈ, ਸਾਡੇ ਕੋਲ ਲੈਂਥ ਦੀ ਵੈਲਿਊ ਕੀ ਹੈ, 2 ਇੰਟੂ ਲੈਂਥ ਦੀ ਵੈਲਿਊ ਕਿੰਨੀ ਹੈ, 5 ਪਲੱਸ x। ਠੀਕ ਹੈ ਜੀ, ਪਲੱਸ ਬ੍ਰੈਡਥ ਦੀ ਵੈਲਿਊ ਕਿੰਨੀ ਹੈ, x, ਦੈਟ ਇਜ਼ ਇਕੁਅਲ ਟੂ 38। ਠੀਕ ਹੈ, ਹੁਣ ਦੇਖੋ ਸਭ ਤੋਂ ਪਹਿਲਾਂ ਅਸੀਂ ਜਿਹੜਾ ਬ੍ਰੈਕਟ 'ਚ ਐਡ ਕਰ ਲੈਂਦੇ ਹਾਂ, 2 ਇੰਟੂ 5 ਪਲੱਸ ਇਹ ਕੀ ਬਣ ਜਾਏਗਾ, ਪਰ ਬ੍ਰੈਕਟ ਖੋਲ ਲੈਂਦੇ ਹਾਂ, x ਪਲੱਸ x, ਦੈਟ ਇਜ਼ ਇਕੁਅਲ ਟੂ 38। ਠੀਕ ਹੈ, ਸਾਡੇ ਕਿੰਨਾ ਆ ਗਿਆ, ਇਜ਼ ਇਕੁਅਲ ਟੂ 2 ਇੰਟੂ 5 ਪਲੱਸ 2x ਇਜ਼ ਇਕੁਅਲ ਟੂ 38। ਠੀਕ ਹੈ, ਹੁਣ 2 ਮਲਟੀਪਲਾਈ ਕਰ ਲੈਂਦੇ ਹਾਂ, 5 ਟੂ ਜ਼ਾ 10 ਪਲੱਸ 2 ਟੂ ਜ਼ਾ 4x ਇਜ਼ ਇਕੁਅਲ ਟੂ 38। ਠੀਕ ਹੈ, ਹੁਣ ਅਸੀਂ x ਵਾਲੀ ਟਰਮ ਇੱਕ ਸਾਈਡ ਰੱਖ ਲੈਂਦੇ ਹਾਂ, 10 ਉਸ ਸਾਈਡ ਲੈ ਜਾਂਦੇ, ਕੀ ਆ ਜਾਏਗਾ, 4x ਇਜ਼ ਇਕੁਅਲ ਟੂ 38 ਮਾਈਨਸ 10, ਦੈਟ ਇਜ਼ ਇਕੁਅਲ ਟੂ ਕਿੰਨਾ ਆ ਗਿਆ, 28। ਠੀਕ ਹੈ, ਸਾਡੇ ਕੋਲ ਕੀ ਆ ਗਿਆ, 4x ਇਜ਼ ਇਕੁਅਲ ਟੂ 28। ਠੀਕ ਹੈ, ਹੁਣ ਅਸੀਂ x ਦੀ ਵੈਲਿਊ ਫਾਈਂਡ ਕਰਨੀ ਆ, ਅਸੀਂ ਕਰ ਦਾਂਗੇ ਡਿਵਾਈਡਿੰਗ ਬੋਥ ਸਾਈਡ ਬਾਈ 4। ਠੀਕ ਹੈ ਜੀ, ਡਿਵਾਈਡਿੰਗ ਬੋਥ ਸਾਈਡ ਬਾਈ 4। ਠੀਕ ਹੈ, ਸਾਡੇ ਕੀ ਆ ਜਾਏਗਾ, 4x ਓਵਰ 4 ਇਜ਼ ਇਕੁਅਲ ਟੂ 28 ਓਵਰ 4। ਠੀਕ ਹੈ ਜੀ, ਤੇ ਹੁਣ ਸਾਡਾ 4 ਨਾਲ 4 ਕੈਂਸਲ ਹੋ ਗਿਆ, ਇੱਥੇ 4 7 ਜ਼ਾ 28। ਠੀਕ ਹੈ ਜੀ, ਤਾਂ ਕੀ ਆ ਗਿਆ, ਦੈਟ ਇੰਪਲਾਈਜ਼ x ਇਜ਼ ਇਕੁਅਲ ਟੂ 7। ਠੀਕ ਹੈ ਜੀ, ਇਹ ਵੈਲਿਊ ਕੀ ਆ ਗਈ, ਸਾਡਾ x ਕੀ ਬਣਿਆ ਸੀ, ਬ੍ਰੈਡਥ। ਠੀਕ ਹੈ ਜੀ, ਤਾਂ ਦੇਅਰਫੋਰ ਬ੍ਰੈਡਥ ਆਫ ਰੈਕਟੈਂਗਲ ਇਜ਼ ਇਕੁਅਲ ਟੂ 7 ਮੀਟਰ। ਮੀਟਰ ਸਾਨੂੰ ਕੁੜਤੇ ਨੇ ਯੂਨਿਟ। ਠੀਕ ਹੈ ਜੀ, 7 ਮੀਟਰ। ਠੀਕ ਹੈ ਜੀ, ਤੇ ਬ੍ਰੈਡਥ ਕਿੰਨੀ ਹੈ, x ਪਲੱਸ 5, ਸੋ ਲੈਂਥ, ਦੇਅਰਫੋਰ ਲੈਂਥ ਆਫ ਰੈਕਟੈਂਗਲ ਇਜ਼ ਇਕੁਅਲ ਟੂ 7 ਪਲੱਸ 5 ਮੀਟਰ, ਦੈਟ ਇਜ਼ ਇਕੁਅਲ ਟੂ ਕਿੰਨਾ ਆ ਗਿਆ, 12 ਮੀਟਰ। ਠੀਕ ਹੈ ਜੀ, ਸਾਡੇ ਕੋਲ ਇਹ ਕੀ ਆ ਗਈ, ਬ੍ਰੈਡਥ ਆਫ ਦੀ ਰੈਕਟੈਂਗਲ ਐਂਡ ਇਹ ਗਈ ਲੈਂਥ ਆਫ ਦੀ ਰੈਕਟੈਂਗਲ। ਠੀਕ ਹੈ ਜੀ, ਇਹ ਸਾਨੂੰ ਫਾਈਂਡ ਕਰਨ ਨੂੰ ਬੋਲਿਆ ਤਾ। ਠੀਕ ਹੈ ਜੀ, ਧੰਨਵਾਦ।